ਗੁਰੂ ਰੂਪਿਆਰੀ ਸਾਧ ਸੰਗਤ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਤਿਆਗ ਉਸ ਦੇ ਦੂਸਰੇ ਹਿੱਸੇ ਦਾ ਸਿਰਲੇਖ ਹੈ ਸੰਜੋਗ ਆਨੰਦ ਅਬੋਲ ਹੁੰਦਾ ਹੈ ਆਓ ਪਿਆਰ ਨਾਲ ਸਰਵਣ ਕਰਿਏ ਜੀ ਮੈਂ ਹੈਰਾਨ ਹੁੰਦਾ ਹਾਂ ਕਿ ਕਿਉਂ ਲੋਕ ਪ੍ਰਭੂ ਨੂੰ ਬੁਲਾਉਣ ਖਾਤਰ ਇੰਨਾ ਸ਼ੋਰ ਪਾਉਂਦੇ ਹਨ ਉਹਨਾਂ ਦੇ ਵਜਾਏ ਢੋਲ ਟਮਕੇ ਜਾਬਦੇ ਹਨ ਜਿਵੇਂ ਟੀਨ ਦੇ ਡੱਬੇ ਵਿੱਚ ਰੋੜ ਖੜਕ ਰਹੇ ਹੋਣ ਹਾਂਜੀ ਮੈਂ ਹੈਰਾਨ ਹੁੰਦਾ ਹਾਂ ਕਿ ਕਿਉਂ ਲੋਕ ਪ੍ਰਭੂ ਨੂੰ ਬੁਲਾਉਣ ਖਾਤਰ ਇੰਨਾ ਸ਼ੋਰ ਪਾਉਂਦੇ ਹਨ ਉਹਨਾਂ ਦੇ ਵਜਾਇ ਢੋਲ ਟਮਕੇਂ ਜਾਬਦੇ ਹਨ ਜਿਵੇਂ ਟੀਨ ਦੇ ਡੱਬੇ ਵਿੱਚ ਰੋੜ ਖੜਕ ਰਹੇ ਹੋਣ ਮੈਂ ਜੀਵਨ ਵਿੱਚੋਂ ਹੀ ਇੱਕ ਹੋਰ ਉਦਾਹਰਣ ਦਿੰਦਾ ਹਾਂ ਇੱਕ ਇਸਤਰੀ ਦਾ ਪ੍ਰੇਮੀ ਸਭ ਦਰਵਾਜ਼ੇ ਬੰਦ ਕਰ ਦਿੰਦਾ ਹੈ ਸਾਰੀਆਂ ਬੱਤੀਆਂ 부ਜਾ ਦਿੰਦਾ ਹੈ ਪਰਦੇ ਤਾਣ ਦਿੰਦਾ ਹੈ ਤੇ ਫਿਰ ਜਾ ਕੇ ਆਪਣੀ ਪ੍ਰੇਮਿਕਾ ਨੂੰ ਮਿਲਦਾ ਹੈ ਉਹ ਇਸ ਅਨੂਠੀ ਖੁਸ਼ੀ ਬਾਰੇ ਸੁਚੇਤ ਹੁੰਦਾ ਹੈ ਕਿ ਇਸ ਨੂੰ ਕੋਈ ਹੋਰ ਚੁਰਾ ਨਾ ਖੜੇ ਇਹ ਉੱਚੀ ਉੱਚੀ ਸ਼ਬਦ ਪੜਨ ਵਾਲੇ ਮੁੱਲਾਂ ਦੀ ਬਾੰਗ ਦੀ ਨਿਆਈਂ ਜੀਵਨ ਭਰ ਉੱਚੀ ਸੁਰ ਵਿੱਚ ਗਾਉਂਦੇ ਰਹਿੰਦੇ ਹਨ ਸੱਚਮੁੱਚ ਅਜੇ ਲੋਕਾਂ ਨੇ ਪਰਮਾਤਮਾ ਦੇ ਭੇਦ ਨੂੰ ਜਾਤਾ ਹੀ ਨਹੀਂ ਹੈ ਜੇ ਇਸਤਰੀ ਦੀ ਸੰਗਤ ਦੀ ਮਧੁਰਤਾ ਮਰਦ ਨੂੰ ਆਪਣੀ ਆਤਮਾ ਦੇ ਇਕਾਂਤ ਵਿੱਚ ਜਾਣ ਲਈ ਮਜਬੂਰ ਕਰਦੀ ਹੈ ਤਾਂ ਪ੍ਰਭੂ ਪ੍ਰੀਤਮ ਦੀ ਸੰਗਤ ਤਾਂ ਇਸ ਤੋਂ ਵੀ ਵਧੇਰੇ ਤੀਖਣ ਤੇ ਕਤਲ ਕਰਨ ਵਾਲੀ ਹੈ ਇਸ ਨੂੰ ਤਾਂ ਹੋਰ ਵੀ ਸ਼ਾਂਤੀ ਤੇ ਇਕਾਂਤ ਦੀ ਲੋੜ ਹੈ ਹਾਂਜੀ ਫਿਰ ਦੁਹਰਾ ਦਿइए ਇਹ ਉੱਚੀ ਉੱਚੀ ਸ਼ਬਦ ਪੜਨ ਵਾਲੇ ਮੁਲਾ ਦੀ ਬਾਗ ਦੀ ਨਿਆਈ ਜੀਵਨ ਪਰ ਉੱਚੀ ਸੁਰ ਵਿੱਚ ਗਾਉਂਦੇ ਰਹਿੰਦੇ ਹਨ ਸੱਚਮੁੱਚ ਅਜਿਹੇ ਲੋਕਾਂ ਨੇ ਪਰਮਾਤਮਾ ਦੇ ਭੇਦ ਨੂੰ ਜਾਤਾ ਹੀ ਨਹੀਂ ਹੈ ਜੇ ਇਸਤਰੀ ਦੀ ਸੰਗਤ ਦੀ ਮਧੁਰਤਾ ਮਰਦ ਨੂੰ ਆਪਣੀ ਆਤਮਾ ਦੇ ਇਕਾਂਤ ਵਿੱਚ ਜਾਣ ਲਈ ਮਜਬੂਰ ਕਰਦੀ ਹੈ ਤਾਂ ਪ੍ਰਭੂ ਪ੍ਰੀਤਮ ਦੀ ਸੰਗਤ ਤਾਂ ਇਸ ਤੋਂ ਵੀ ਵਧੇਰੇ ਤੀਖਣ ਤੇ ਕਤਲ ਕਰਨ ਵਾਲੀ ਹੈ ਇਸ ਨੂੰ ਤਾਂ ਹੋਰ ਵੀ ਸ਼ਾਂਤੀ ਤੇ ਇਕਾਂਤ ਦੀ ਲੋੜ ਹੈ ਸਿਮਰਨ ਦੇ ਅਭਿਆਸ ਵਿੱਚ ਮੂਨ ਰਹਿਣ ਦਾ ਗੁਣ ਅਥਵਾ ਅਬੋਲ ਉਚਾਰਣ ਸਿਮਰਨ ਵਿੱਚ ਲੀਨ ਸੰਤ ਜਨਾਂ ਦਾ ਸੁਭਾਅ ਹੁੰਦਾ ਹੈ ਐਮਰਸਨ ਦੇ ਸ਼ਬਦਾਂ ਵਿੱਚ ਬ੍ਰਹਮੰਡ ਉਹਨਾਂ ਨੂੰ ਉਹ ਚੰਗਿਆੜੀ ਬਖਸ਼ਦਾ ਹੈ ਜੋ ਪ੍ਰਭੂ ਪ੍ਰੀਤਮ ਦੇ ਪ੍ਰੇਮ ਵਿੱਚ ਚਮਕਦੀ ਹੈ ਜੋ ਉਹਨਾਂ ਦੇ ਕਾਲੇ ਨੈਣਾਂ ਦੀ ਸ਼ਾਂਤ ਦੁੰਗਾਈ ਤੋਂ ਪਰੇ ਦੂਰ ਦੂਰ ਤੱਕ ਚਮਕਾ ਮਾਰਦੀ ਹੈ ਉਨਾਂ ਲਈ ਸਰੀਰਕ ਸੁੰਦਰਤਾ ਤੁਛ ਵਸਤੂ ਹੁੰਦੀ ਹੈ ਪਰ ਕਦੀ ਕਦੀ ਇਹ ਸਭ ਕੁਝ अथवा ਬਹੁਤ ਮਹਤਵਪੂਰਨ ਵੀ ਹੋ ਸਕਦੀ ਹੈ ਕਿਉਂ ਜੋ ਇਹ ਉਹਨਾਂ ਨੂੰ ਉਹ ਲਿਸ਼ਕਾਰਾ ਬਖਸ਼ਦੀ ਹੈ ਜੋ ਇੱਕ ਛਿੰਨ ਲਈ ਉਹਨਾਂ ਦੇ ਹਿਰਦੇ ਫੁੱਲ ਨੂੰ ਇੰਜ ਰੋਸ਼ਨ ਕਰ ਦਿੰਦਾ ਹੈ ਕਿ ਉਹ ਗੁਲਾਬ ਦੇ ਨਵੇਂ ਫੁੱਲ ਵਾਂਗ ਟਹਿਕ ਉੱਠਦਾ ਹੈ ਜਦੋਂ ਉਹਨਾਂ ਦੇ ਨੈਣਾਂ ਵਿੱਚ ਇਹ ਬਿਜਲੀ ਦਾ ਲਿਸ਼ਕਾਰਾ ਵਜਦਾ ਹੈ ਤਾਂ ਉਹ ਨੇਣ ਮੁੰਦ ਕੇ ਆਪਣੀ ਹੀ ਸੁੰਦਰਤਾ ਦੀਆਂ ਡੂੰਗਾਣਾ ਵਿੱਚ ਜਾ ਉਤਰਦੇ ਹਨ ਆਪਣੇ ਹਿਰਦੇ ਦੇ ਗੁਪਤ ਅੰਮ੍ਰਿਤ ਕੁੰਡ ਵਿੱਚ ਜਦੋਂ ਉਹ ਜਾ ਕੇ ਟੁਬੀਆਂ ਲਾਉਂਦੇ ਹਨ ਤਾਂ ਅੰਮ੍ਰਿਤ ਜਲ ਦੇ ਛਲਕਣ ਦੀ ਆਵਾਜ਼ ਤਾਂ ਸੁਣਾਈ ਦੇਂਦੀ ਹੈ ਕਿਉਂ ਜੋ ਆਪਣੇ ਪਿਆਰੇ ਸੰਸਾਰ ਸ਼ਰੀਰਕ ਰੂਪੀ ਕੱਪੜਿਆਂ ਨੂੰ ਉਹ ਇਸ ਅੰਮ੍ਰਿਤ ਕੁੰਡ ਦੇ ਖੁਸ਼ ਕੰਡਿਆਂ ਉਤੇ ਹੀ ਛੱਡ ਜਾਂਦੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਸ ਸਮੇਂ ਉਹ ਆਤਮਾ ਦਾ ਸ਼ੁੱਧ ਸਰੂਪ ਹੁੰਦੇ ਹਨ ਹਾਂਜੀ ਫਿਰ ਦੁਹਰਾ ਦਈਏ ਉਹਨਾਂ ਲਈ ਸਰੀਰਕ ਸੁੰਦਰਤਾ ਤੁਛ ਵਸਤੂ ਹੁੰਦੀ ਹੈ ਪਰ ਕਦੀ ਕਦੀ ਇਹ ਸਭ ਕੁਝ अथवा ਬਹੁਤ ਮਹੱਤਵਪੂਰਨ ਵੀ ਹੋ ਸਕਦੀ ਹੈ ਕਿਉਂ ਜੋ ਇਹ ਉਹਨਾਂ ਨੂੰ ਉਹ ਲਿਸ਼ਕਾਰਾ ਬਖਸ਼ਦੀ ਹੈ ਜੋ ਇੱਕ ਛਿਣ ਲਈ ਉਹਨਾਂ ਦੇ ਹਿਰਦੇ ਫੁੱਲ ਨੂੰ ਇੰਜ ਰੋਸ਼ਨ ਕਰ ਦਿੰਦਾ ਹੈ ਕਿ ਉਹ ਗੁਲਾਬ ਦੇ ਨਵੇਂ ਫੁੱਲ ਵਾਂਗ ਟਹਿਕ ਉੱਠਦਾ ਜਦੋਂ ਉਹਨਾਂ ਦੇ ਨੈਣਾਂ ਵਿੱਚ ਬਿਜਲੀ ਦਾ ਲਸ਼ਕਾਰਾ ਵਜਦਾ ਹੈ ਤਾਂ ਉਹ ਨੈਣ ਮੁੰਦ ਕੇ ਆਪਣੀ ਹੀ ਸੁੰਦਰਤਾ ਦੀ ਡੂੰਘਾਣਾ ਵਿੱਚ ਜਾ ਉਤਰਦੇ ਹਨ ਆਪਣੇ ਹਿਰਦੇ ਦੇ ਗੁਪਤ ਅੰਮ੍ਰਿਤ ਕੁੰਡ ਵਿੱਚ ਜਦੋਂ ਉਹ ਜਾ ਕੇ ਟੁਬੀਆਂ ਲਾਉਂਦੇ ਹਨ ਤਾਂ ਅੰਮ੍ਰਿਤ ਜਲ ਦੇ ਛਲਕਣ ਦੀ ਆਵਾਜ਼ ਤਾਂ ਸੁਣਾਈ ਦਿੰਦੀ ਹੈ ਕਿਉਂਕਿ ਜੋ ਆਪਣੇ ਪਿਆਰੇ ਸੰਸਾਰ ਸਰੀਰਕ ਰੂਪ ਕੱਪੜਿਆਂ ਨੂੰ ਉਹ ਇਸ ਅੰਮ੍ਰਿਤ ਕੁੰਡ ਦੇ ਖੁਸ਼ ਕੰਢੇ ਉੱਤੇ ਹੀ ਛੱਡ ਜਾਂਦੇ ਹਨ ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਉਸ ਸਮੇਂ ਉਹ ਆਤਮਾ ਦਾ ਸ਼ੁੱਧ ਸਰੂਪ ਹੁੰਦੇ ਹਨ ਇਨ੍ਹਾਂ ਹਿਰਦੇ ਕਮਲ ਦੇ ਫੁੱਲਾਂ ਉੱਤੇ ਰਬੀ ਜੋਤ ਚਮਕਦੀ ਹੈ ਪਰ ਇਹ ਫੁੱਲ ਨਹੀਂ ਹੁੰਦੇ ਤੇ ਭਗਤੀ ਰਤੇ ਨੈਣਾਂ ਵਿੱਚ ਇਸ ਦੇ ਲਿਸ਼ਕਾਰੇ جگਮਗ ਕਰਕੇ ਜਗਦੇ ਬੁਝਦੇ ਰਹਿੰਦੇ ਹਨ ਸੰਤ ਜਨ ਤਾਂ ਉਸ ਦੁਧਿਆ ਕਮਲ ਸਮਾਨ ਹਨ ਜੋ ਸਾਗਰ ਦੇ ਨੀਲੇ ਪਾਣੀਆਂ ਵਿੱਚ ਤਰਦੇ ਰਹਿੰਦੇ ਹਨ ਅਤੇ ਆਲੇ ਦੁਆਲੇ ਦੀ ਭਰਪੂਰਤਾ ਤੋਂ ਅਭਿਜ ਰਹਿੰਦੇ ਹਾਂ ਸ੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਕਥਨ ਕਰਦੇ ਹਨ ਪ੍ਰਭੂ ਜੀ ਮੈਂ ਰਾਜ ਨਹੀਂ ਚਾਹੁੰਦਾ ਮੁਕਤ ਨਹੀਂ ਚਾਹੁੰਦਾ ਨਾ ਹੀ ਮੈਂ ਯੋਗਿਆਂ ਵਾਲੀ ਰਿੱਧੀ ਸਿੱਧੀ ਦੀ ਕਰਾਮਾਤੀ ਸ਼ਕਤੀ ਦਾ ਜਾਚਕ ਮੈਨੂੰ ਇਹੋ ਜਹੀ ਕੂੜੀ ਵਡਿਆਈ ਦੀ ਚਾਹ ਨਹੀਂ ਹੈ ਅਤੇ ਆਪ ਇੱਕ ਥਾਂ ਹੋਰ ਫਰਮਾਉਂਦੇ ਹਨ ਮੇਰੇ ਪ੍ਰੀਤਮ ਮੇਰੀ ਆਤਮਾ ਤਾਂ ਭਵਰੇ ਸਮਾਨ ਤੇਰੇ ਚਰਨ ਕਮਲਾਂ ਦੀ ਮਕਰੰਦ ਲਈ ਤਿਰਖਾ ਵੰਤ ਹੈ ਪ੍ਰਭੂ ਜੀ ਮੈਂ ਤਾਂ ਤੁਹਾਡੇ ਅੰਗ ਕੀ ਸਮਾਉਣਾ ਲੋਚਦਾ ਹਾਂ ਤਾਂ ਜੋ ਤੁਹਾਡੇ ਪ੍ਰੇਮ ਵਿੱਚ ਮੈਂ ਮਸਤ ਸੁੱਤਾ ਰਹਾਂ ਹਾਂਜੀ ਮੇਰੇ ਪ੍ਰੀਤਮ ਮੇਰੀ ਆਤਮਾ ਤਾਂ ਭਵਰੇ ਸਮਾਨ ਤੇਰੇ ਚਰਨ ਕਮਲਾਂ ਦੀ ਮਕਰੰਦ ਲਈ ਤਿਰਖਾ ਵੰਤ ਹੈ ਪ੍ਰਭੂ ਜੀ ਮੈਂ ਤਾਂ ਤੁਹਾਡੇ ਅੰਗ ਕੀ ਸਮਾਉਣਾ ਲੋਚਦਾ ਹਾਂ ਤਾਂ ਜੋ ਤੁਹਾਡੇ ਪ੍ਰੇਮ ਵਿੱਚ ਮੈਂ ਮਸਤ ਸੁਤਾ ਰਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ